صفت قسم بھی نور عرصوں پرسوں چکی ہے خود لٹھے سچے پادشاہ اتنی شبد چلت کار کھیل پائے جی تو کال کنسا ਸੰਗਤ ਜੀ ਇਹਨੂੰ ਮਿੱਟੀ ਛੱਡ ਕੇ ਅਤੇ ਉਹ ਜਿਹੜੇ ਪ੍ਰਾਣ ਸਨ ਜਿਹੜਾ ਆਤਮਾ ਸੀ ਉਹ ਪੰਖੇਰੂ ਹੋ ਗਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸੰਸਾਰ ਦੀ ਇੱਕ ਮਰਯਾਦਾ ਪਰਮੇਸ਼ਰ ਨੇ ਕਾਇਮ ਕੀਤੀ ਹੈ। ਸੰਗਤ ਜੀ ਕੋਈ ਜੀਵ ਆ ਜਾਂਦਾ ਹੈ ਕੋਈ ਚਲੇ ਜਾਂਦਾ ਹੈ, ਪਰ ਸੰਸਾਰ ਦੇ ਅੰਦਰ ਰਹਿੰਦਿਆਂ ਇੱਕ ਦੂਜੇ ਨਾਲ ਪਿਆਰ ਮੁਹੱਬਤ ਹੋਣ ਕਰਕੇ, ਸੰਗਤ ਜੀ ਮੋਹ ਮੁਹੱਬਤ ਹੋਣ ਕਰਕੇ ਫਿਰ ਜਦੋਂ ਜੀਵ ਜਾਂਦਾ ਹੈ ਉਦੋਂ ਇਹ ਵਿਛੋੜਾ ਜਿਹੜਾ ਨਾ ਉਹ ਸਹਾਰਿਆ ਨਹੀਂ ਜਾਂਦਾ, ਦੁੱਖਮਈ ਸਮਾਂ ਹੁੰਦਾ ਹੈ। ਇਤਿਹਾਸ ਅੰਦਰ ਜੇਕਰ ਆਉਂਦਾ ਹੈ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਜੀ ਵਿਖੇ ਬਰਾਜੇ ਹੋਏ ਸਨ ਤੇ ਅੰਮ੍ਰਿਤ ਵੇਲੇ ਰੋਜ਼ ਹੀ ਨਾ ਰੋਣ ਦੀ ਆਵਾਜ਼ ਮਹਾਰਾਜ ਸਾਹਿਬ ਜੀ ਦੇ ਕੰਨਾਂ ਵਿੱਚ ਪਿਆ ਕਰੇ। ਕਿਤੇ ਮੁਖ ਉਜਲੇ ਕਿਹਦੀ ਸੁਖੀ ਨਾਲ ਜੀ ਨਾਮ ਤੇ ਆ ਗਏ ਮਸਕਤ ਕਾਰ, ਨਾਨਕ ਦੇ ਮੁਖ ਉਜਲੇ ਕਿਹਦੀ ਸੁਖੀ ਨਾਲ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਰੇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾਰ ਗੁਰੂ ਨਾਨਕ ਲਈ ਤਿਆਰੇ, ਫਿਰ ਗੁਰੂ ਅੱਗੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਹੜੇ ਸਭ ਦੁੱਖ ਜਾਏ।
ਤੇਗ ਬਹਾਦਰ ਸਿਮਰਿਆ ਘਰ ਨਾਨਕ ਦੇ ਆਗਤ ਧਾਰੇ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪਰਿਵਾਰ ਮੰਗਾਈਆਂ ਸੰਗਤਾਂ ਨੂੰ ਪਾਵਨ ਹੁਕਮ ਦੀ ਦਾਤ ਬਖਸ਼ ਕੇ ਕਰਤਾਰਥ ਕਰੋ ਆਪ ਜੀ ਦੇ ਦਰ ਤੇ ਜੋ ਜੀ ਆਵੇ ਸੁਰਾਜ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਕਹਿਣਾ ਬਹੁਤ ਸੌਖਾ ਹੈ ਔਰ ਸਹਿਣਾ ਵੀ ਸਾਨੂੰ ਪੈਣਾ ਹੈ, ਦੁਨੀਆ ਵੀ ਇਨਸਾਨ ਹਾਂ, ਪਰ ਜਾ ਤਾਂ ਲਾਗੇ ਸੋ ਤਾਂ ਜਾਣੇ ਕੌਣ ਜਾਣੇ ਪੀਰ ਪਰਾਈ। ਜਿਸ ਪਰਿਵਾਰ 'ਤੇ ਅਜਿਹਾ ਅਚਾਨਕ ਵਾਪਰਦਾ ਹੈ ਉਸਨੂੰ ਦਿਲਾਸਾ ਦੇਣਾ, ਉਸਨੂੰ ਸਮਝਾਉਣਾ ਬਹੁਤ ਔਖਾ ਹੈ। ਪਰ ਅਸੀਂ ਦੁਨਿਆਵੀ ਇਨਸਾਨ ਹਾਂ, ਗੁਰਬਾਣੀ 'ਚ ਵੀ ਆਉਂਦਾ ਹੈ ਜਿਸ ਸਾਹਿਬ ਸੋ ਨਾਹੀਂ ਚਾਰਾ ਤਾਂ ਉਹ ਕੀਜੇ ਸਦਰ ਮਸ਼ਕਾਰਾ। ਉਸ ਵਿਧੀ ਦੇ ਵਿਧਾਨ ਦੇ ਕੇ, ਉਸ ਅਕਾਲ ਪੁਰਖ ਦੇ ਅੱਗੇ, ਉਸ ਗੁਰੂ ਦੇ ਬਾਣੀ ਨੂੰ ਸਾਨੂੰ ਮੰਨਣਾ ਪੈਣਾ ਹੈ। ਮੈਂ ਜ਼ਿਆਦਾ ਨਾ ਕਹਿ ਕੇ ਬਹੁਤ ਹੀ ਧੰਨਵਾਦ ਕਰਦਾ ਸਭ ਤੋਂ ਪਹਿਲੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਐਂਡ ਗ੍ਰੰਥੀ ਸੱਚਖੰਡ ਦਰਬਾਰ ਸਾਹਿਬ ਜਿਨ੍ਹਾਂ ਨੇ ਆ ਕੇ ਪਰਿਵਾਰ ਨੂੰ ਜਿੱਥੇ ਆਸ਼ੀਰਵਾਦ ਦਿੱਤਾ, ਸੱਚਖੰਡ ਤੋਂ ਸਰਪਾਉ ਦਿੱਤਾ, ਉੱਥੇ ਸਰਦਾਰ ਭਗਵਾਨ ਸਿੰਘ ਦਵਾਣਾ ਜੀ ਔਰ ਨਾਲ ਦੇ ਨਾਲ ਸ਼ਹਿਰ ਦੀਆਂ ਜਿੰਨੀਆਂ ਵੀ ਸੰਗਤਾਂ ਆਈਆਂ ਨਾਮ ਸਾਰਿਆਂ ਦੀ ਹਾਜ਼ਰੀ ਬਹੁਤ ਸਤਿਕਾਰਯੋਗ ਸਰਦਾਰ ਭਗਵਾਨ ਸਿੰਘ ਦਵਾਣਾ ਜੀ ਦੀ ਲੜਵਾਈ ਹੈ। ਮੈਂ ਆਪਣੇ ਵੱਲੋਂ ਇੱਕ ਪਰਿਵਾਰਕ ਮੈਂਬਰ ਹੁੰਦਾ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੇ ਪਰਿਵਾਰ ਦੀ ਔਖੀ ਘੜੀ ਦੇ ਮੌਕੇ ਦੇ ਉੱਤੇ ਮਾਇਆ
ਅਰਦਾਸ ਤੂੰ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਆ ਮਨ ਸੰਗਤ ਤੈਂ ਬਿਨਤ ਜਮ ਦਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਸੋ ਕਹੋ ਟਲ ਗੁਰ ਸੇਵੀਐ ਐਸ ਸਹਿਜ ਸੁਭਨਮ ਮਰਨ ਦੁਖ ਜਾਏ ਹੋ ਐ ਸਿਫਤ ਖਸਮ ਵੀ ਨੂਰ ਹਰ ਸੋ ਗੁਰ ਸੋ ਚੱਕੀਐ ਗੁਰ ਲਿਠੇ ਸੱਚੇ ਪਾਤਸ਼ਾਹ ਤਰਾਸਰੀ ਮਹੱਲਾ ਚੌਥਾ ਘਰ ਪਹਿਲਾ ਚਾਉ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵ ਹੈ ਸੰਤ ਭਗਤ ਤਿਨਕੈ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕਉ ਬਨਵਾਰੀ ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਪਾਖਣ ਜਨਮ ਜਨਮ ਕੇ ਲਗ ਭਿਖ ਮੋਰਚਾ ਲਗ ਸੰਗਤ ਸਾਧ ਸਵਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ 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 ਉਰ ਧਾਰੀ ਹਰ 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 ਔਖਦ ਜਗ ਪੂਰਾ ਜਪ ਹਰ ਹਰ ਜਨ ਕੋ ਕਿਰਪਾ ਕਰੇ ਹਰ ਹਰ ਅਗਮੇ ਜਨ ਕੋ ਕਿਰਪਾ ਕਰਮ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਲ ਮੈਂ ਮਦਰ ਮੈਂ ਕੋਟ ਸੈਨ ਸੰਗ ਸੋ ਕਹਿਤ ਲਾਜ ਸੋ ਦਿਜ ਸਹੇ ਦੈਨੀ ਪਾਤ ਕਾਲੇ ਜੀਓ ਦੇਖ ਰੂਪ ਅਪਿਆ ਸ਼ਬਦ ਚਮਤਕਾਰ ਖੇਲ ਪਾਹੇ ਜੀ ਕਾਲ ਸਤ ਸਾਚ ਸ਼੍ਰੀ ਨਿਵਾਸ ਆਦ ਪੁਰਖ ਸਦਾ ਤੁਮੇ ਵਾਹਿਗੁਰੂ ਜਗਰ ਚਨਾ ਤੈ ਸਿਰ ਜੀ ਕਬੁਲਾ ਸੰਸਾਰ ਕੋ
ਨਾਨਕ ਚਰਨ ਕੋ ਜੋ ਪੁਜੋ ਸੋ ਬਿਨ ਸਹੈ ਪਰੋ ਆਜ ਕੇ ਕਾ ਜੋ ਪੁਜੋ ਸੋ ਬਿਨ ਸਹੈ ਪਰੋ ਆਜ ਕੇ ਕਾ ਧਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਧੁ ਰਚਨਾ ਸੁਪਨਾ ਰਹਿਣ ਦਾ
Sadhak kare jogi, Sadhak kare jogi.
ਇੱਕ ਚਾਲ ਸਹ ਸਭ ਆਪਣੀ ਵਾ ਜਿਨ ਪੂਰਾ ਸਤਗੁਰ ਸੇਵਿਆ ਸੇ ਅਸਥਰ ਹਰ ਜਾਨੋ ਸੋ ਰਹਿਲਾ
चलना हथ बिना किसना महान हस्ती अति सत्कार योग मान योग सिंह साहब ज्ञानी जगतार सिंह जी हेड ग्रंथी साहब श्री दरबार साहब और संत सतगुरां दी पावन हजूरी विच विराजमान ने कुछ समा वास्ते वह आप जी के दर्शन करनगे। केशव गोपाल पंडित सर अवर आर तेरा किता ना काम मिल साध संगत पाज केवल नाम संज्ञान लाग पवजल करन कर जन्म मृत जात रंग माया के परम सन्मान योग साहिब श्री गुरु ग्रंथ साहिब जी की पावन पवित्र हजूरी विखे जुड़ बैठे आखो जी वाहेगुरु जी का खालसा वाहेगुरु जी की फतेह। अज आप सारे दुखमई समय ते एकत्र होए हाँ सरदार इंद्रजीत सिंह जी चेयरमैन माता गुरशरण कौर जी तिन्हां दा बरकरदार सपुत्र सरदार जिन्हां नूं प्यार नाल पम्मी भाटिया कहा जांदा सी शरीर करके ओह पिछले दिनी इस लोक नूं छड के परलोक गमन कर गए। उन्हां दी आत्मक शांति वास्ते प्रभु मिलाप हित उन्हां दे धर्म सुपत्नी बीबी मनजीत कौर जी भाटिया सरदार जेहा चीरी लिखिया तेहा हुक्म कमाहे इहदे आउण तों पहला चीरी चिट्ठी लिखी गई और जदों ओह चिट्ठी तौरदरगाह तों पाड़दी है
ਤੇ ਸੰਗਤ ਜੀ ਫਿਰ ਇਹ ਜੀਵ ਸੰਸਾਰ ਨੂੰ ਛੱਡ ਕੇ ਚਲੇ ਜਾਂਦਾ ਹੈ। ਹੁਣੇ ਹੀ ਆਪ ਜੀ ਇਸ ਕਾਇਆ ਤੇ ਆਤਮਾ ਦਾ ਅਥਵਾ ਪ੍ਰਾਣਾ ਦਾ ਸੰਵਾਦ ਸਰਵਣ ਕਰ ਰਹੇ ਸੀ ਗੁਰੂ ਕੇ ਕੀਰਤਨੀਆਂ ਪਾਸੋਂ। ਇਹ ਕਾਇਆ ਇਹ ਸਰੀਰ ਪ੍ਰਾਣਾ ਨੂੰ ਆਤਮਾ ਨੂੰ ਬੇਨਤੀ ਕਰਦੀ ਹੈ ਕਿ ਤੁਸੀਂ ਮੈਨੂੰ ਛੱਡ ਕੇ ਨਾ ਜਾਓ। ਪਰ ਸੰਗਤ ਜੀ ਉਹ ਪ੍ਰਾਣ ਉਹ ਆਤਮਾ ਅੱਗੋਂ ਕਹਿੰਦੇ ਨੇ ਕਿ ਅਸੀਂ ਉਸ ਹੁਕਮੀ ਦੇ ਬੰਦੇ ਹਾਂ। ਫਿਰ ਕਹਿਆ ਹਾਂ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਰਡ ਨਾ ਛੰਦਾ। ਅਸੀਂ ਉਸ ਪਤੀ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਣ ਵਾਲੇ ਹਾਂ, ਉਹਦੇ ਬੰਦੇ ਹਾਂ, ਉਹਦੇ ਦਾਸ ਹਾਂ, ਸੇਵਕ ਹਾਂ। ਜਿੱਚਰ ਰੱਖ ਤਿੱਚਰ ਤੁਮ ਸੰਗ ਰਹਿਣਾ ਜਾਂ ਸਦੇ ਤਾਊ ਸਦਾਸਾ ਹੈ। ਸੰਗਤ ਜੀ ਆਤਮਾ ਨੇ ਉੱਤਰ ਦਿੱਤਾ ਕਹਿਣ ਲੱਗੇ ਜਿੰਨਾ ਚਿਰ ਉਹ ਪਤੀ ਪਰਮੇਸ਼ਰ ਵਾਹਿਗੁਰੂ ਸਾਨੂੰ ਤੇਰੇ ਪਾਸ ਰੱਖੇਗਾ ਓਨਾ ਚਿਰ ਮੈਂ ਰਹਾਂਗਾ। ਪਰ ਜਦੋਂ ਉਹਦਾ ਸੱਦਾ ਆ ਗਿਆ ਫਿਰ ਮੈਂ ਉੱਠ ਕੇ ਚਲੇ ਜਾਵਾਂਗਾ। ਪਰ ਹਜ਼ੂਰ ਮੈਂ ਉਸ ਦੇ ਹੁਕਮ ਵਿੱਚ ਰਹਿਣ ਵਾਲਾ ਹਾਂ। ਪਰ ਹਜ਼ੂਰ ਕਹਿੰਦੇ ਆਈ ਆ ਗਿਆ ਫਿਰ ਹੁਣ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪੁਕਾਇਆ ਉਸ ਧਾਇਓ ਛੂਟਰ ਵਾਟੀ ਦੇਖ ਨਾਨਕ ਮਿਥਨ ਨੂੰ ਹਾਸਾ ਹੈ। ਸੰਗਤ ਜੀ ਜਦੋਂ ਵਾਹਿਗੁਰੂ ਦੀ ਆਗਿਆ ਤਾਂ ਇਹ ਜੀਵ ਆਤਮਾ ਉੱਠ ਕੇ ਚਲਾ ਗਿਆ। ਇਹਨੇ ਇਸ ਕਾਇਆ ਨੂੰ ਪੁੱਛਿਆ ਤੱਕ ਨਹੀਂ, ਇਸ ਕਾਇਆ ਨੂੰ ਦੱਸਿਆ ਤੱਕ ਨਹੀਂ ਕਿ ਮੈਂ ਜਾ ਰਿਹਾ ਹਾਂ। ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਦਾ ਪਰਮੇਸ਼ਰ ਦੀ ਆਗਿਆ ਮੰਨ ਕੇ ਝੱਟ ਹੀ ਤੁਰ ਜਾਂਦਾ ਹੈ, ਨਾ ਧਨ ਪੁੱਛੀ ਨਾ ਮਤਾ ਪੁਕਾਇਆ। ਨਾ ਇਹਨਾਂ ਇਸ ਜੀਵ ਆਤਮਾ ਨੇ ਕਾਇਆ ਨੂੰ ਪੁੱਛਿਆ, ਨਾ ਇਹਦੇ ਨਾਲ ਕੋਈ ਸਲਾਹ ਕੀਤੀ। ਊੜ ਸਧਾਇਓ ਛੂਟਰ ਮਾਟੀ, ਸੰਗਤ ਜੀ ਇਹਨੂੰ ਮਿੱਟੀ ਛੱਡ ਕੇ ਤੇ ਉਹ ਜਿਹੜੇ ਪ੍ਰਾਣ ਸਨ, ਜਿਹੜਾ ਆਤਮਾ ਸੀ ਉਹ ਪੰਖੇਰੂ ਹੋ ਗਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸੰਸਾਰ ਦੀ ਇੱਕ ਮਰਜ਼ਾਦਾ ਪਰਮੇਸ਼ਰ ਨੇ ਕਾਇਮ ਕੀਤੀ ਹੈ। ਸੰਗਤ ਜੀ ਕੋਈ ਜੀਵ ਆ ਜਾਂਦਾ ਹੈ, ਕੋਈ ਚਲੇ ਜਾਂਦਾ ਹੈ, ਪਰ ਸੰਸਾਰ ਦੇ ਅੰਦਰ ਰਹਿੰਦਿਆਂ ਇੱਕ ਦੂਜੇ ਨਾਲ ਪਿਆਰ ਮੁਹੱਬਤ ਹੋਣ ਕਰਕੇ, ਸੰਗਤ ਜੀ ਮੋਹ ਮੁਹੱਬਤ ਹੋਣ ਕਰਕੇ ਫਿਰ ਜਦੋਂ ਜੀਵ ਜਾਂਦਾ ਹੈ ਉਦੋਂ ਇਹ ਵਿਛੋੜਾ ਜਿਹੜਾ ਨਾ ਉਹ ਸਹਾਰਿਆ ਨਹੀਂ ਜਾਂਦਾ। ਦੁੱਖਮਈ ਸਮਾਂ ਹੁੰਦਾ ਹੈ, ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਜੀ ਵਿਖੇ ਬਰਾਜੇ ਹੋਏ ਸਨ ਤੇ ਅੰਮ੍ਰਿਤ ਵੇਲੇ ਰੋਜ਼ ਹੀ ਨਾ ਰੋਣ ਦੀ ਆਵਾਜ਼ ਮਹਾਰਾਜ ਸਾਹਿਬ ਜੀ ਦੇ ਕੰਨਾਂ ਵਿੱਚ ਪਿਆ ਕਰੇ। ਇੱਕ ਦਿਨ ਹਜ਼ੂਰ ਨੇ ਆਪਣੇ ਗੜਬਈ ਭਾਈ ਬੱਲੂ ਨੂੰ ਕਿਹਾ, ਕਹਿਣ ਲੱਗੇ ਜਾਓ ਪਤਾ ਕਰਕੇ ਆਓ ਕੀ ਗੱਲ ਹੈ। ਭਾਈ ਬੱਲੂ ਜੀ ਜਦੋਂ ਗਏ ਜਾ ਕੇ ਪੁੱਛਿਆ, ਮਾਤਾ ਨੇ ਦੱਸਿਆ ਕਿ ਮੇਰਾ ਇੱਕੋ ਹੀ ਇੱਕ ਪੁੱਤਰ ਸੀ ਉਹ ਚੜ੍ਹਾਈ ਕਰ ਗਿਆ। ਆਣ ਕੇ ਦੱਸਿਆ ਮਹਾਰਾਜ ਸਾਹਿਬ ਜੀ ਨੂੰ, ਮਹਾਰਾਜ ਇਸ ਕਾਰਨ ਕਰਕੇ ਉਹ ਮਾਤਾ ਰੋਜ਼ ਰੋਂਦੀ ਹੈ। ਤੇ ਇਤਿਹਾਸ ਨੇ ਜ਼ਿਕਰ ਕੀਤਾ ਹਜ਼ੂਰ ਤੋਂ ਵੀ ਇਹ ਵਿਛੋੜੇ ਦਾ ਦੁੱਖ ਜਿਹੜਾ ਸੀ ਉਹ ਸਹਾਰਿਆ ਨਾ ਗਿਆ। ਹਜ਼ੂਰ ਕਹਿਣ ਲੱਗੇ ਅੱਜ ਤੋਂ ਬਾਅਦ ਕੋਈ ਵੀ ਮਾਤਾ ਪਿਤਾ ਆਪਣੇ ਬੱਚੇ ਦਾ ਨਾਮ ਲੈ ਕੇ ਨਹੀਂ ਰੋਵੇਗਾ। ਭਾਈ ਬੱਲੂ ਜੀ ਨੇ ਪੁੱਛ ਲਿਆ, ਕਹਿਣ ਲੱਗੇ ਮਹਾਰਾਜ ਕਿੰਨਾ ਕੁ ਚਿਰ? ਤੇ ਹਜ਼ੂਰ ਨੇ ਫਿਰ ਅਗਲਾ ਹੁਕਮ ਕਰ ਦਿੱਤਾ, ਜਿੰਨਾ ਚਿਰ ਅਸੀਂ ਸਰੀਰ ਕਰਕੇ ਗੋਇੰਦਵਾਲ ਸਾਹਿਬ ਵਿੱਚ। ਸੰਗਤ ਜੀ ਪੁੱਤਰਾਂ ਦਾ ਵਿਛੋੜਾ ਸਹਿਣਾ ਬੜਾ ਔਖਾ ਹੁੰਦਾ ਹੈ,
इतिहास ने बहुत कुछ जिक्र किया है, पर वाहेगुरु की मर्यादा अटल है। संगत जी, ओदी मर्यादा नूं मनना ही पैंदा है, ओदे अगे हरेक नूं सिर झुकाउणा पैंदा है, क्योंकि आवण जाणा इक खेल बनाया, आउण जाण दा प्रभु ने इक खेड बनाई होई है। सतगुरु जी कहिंदे, जैसे हर हट की माला टिंड लगत है, इक सखणी होर फिर भरियत है, तैसो ही इह खेल खसम का ज्यों उसकी वढियाई। जिवें पुराने समय खूह दे उत्ते माल चलदी सी ना जी, ते ओह टिंडा इक पासे पाणी लै के आउंदियां, पाड़छे दे विच पा के खाली हो के तुरियां जांदियां। सच्चे पातशाह जी ने गुरबाणी विच दर्शाया, हजूर कहिंदे इसे तरां इह जीव रूपी टिंडा परमात्मा रूपी खूह दे कोलों पाणी लै के सुवासां दा मात लोक रूपी पाड़छे दे विच पा करके इथों खाली हो के तुरियां जांदियां ने। भाव कई जीव जन्म लै के आ रहे ने, ते कई अपने सुवासां नूं पूरिया करके संसार तों जा रहे। आते विच जे स्थिर है ते ओह केवल इक परमेश्वर वाहिगुरू है। इसे करके हजूर ने सानूं एको अहंकार तो लैके 18-10 तक नूं सवारन दा यतन करिए। बाबा फरीद जी ने भी कहा, आप सवार रहे मैं मिले हैं, मैं मिलिया सुख होए, फरीदा जे तू मेरा होए रहा है सब जग तेरा होए। वक्त तो वक्त चढ़ के हिस्सा लेंदे रहे, अपना जीवन भी उन्होंने सफल किया। अज आप उन्होंने याद अंदर सजती है, हजूर लेखा कते न छूटी है, खिन खिन भूलण हार, बख्शण हार बख्श है नान पार उतार। सच्चे पातशाह असी लेखे करके कदे नहीं तुहाडे तों छुट सकदे, क्योंकि असी खिन खिन भूलण हार हाँ, तुसी खिन खिन बख्शण बख्शण वाले हो। महाराज कृपा करियो साडे लेखे नूं कदे वास्ते भी महाराज नजर अंदाज ना करियो, महाराज कृपा करके इस लेखे तो सानू बचायो। लेखे कते ना छूटिया फिर फिर पूरन हार, बख्शन हार बख्शन नाम पार उतार। सच्चे पातशाह बख्शन हारी हो, कृपा करके साडे लेखे जोके नूं बख्श लैणा ते साडा संसार तो पार उतार करना। इह संसार रूप संत बाबा हरिंदर सिंह जी गुरद्वारा संत साहिब चाह वाला महापुरखा का बहुत बहुत धन्यवाद है। सरदार भगवान सिंह जी जाहल इन्होंने सतगुरु जी की बड़ी बख्शिश है, जिन्होंने दास को भी हुक्म किया संतों के दर्शन करने का, उन्होंने भी धन्यवाद है। सरदार इंद्रजीत सिंह जी भाटिया समुचे ही भाटिए परिवार का दास ਇਹ ਦਿਲੋਂ ਕਰਵਾਉਂਦੀ ਹੈ, ਹੋਈਆਂ ਭੁੱਲਾਂ ਦੀ ਕਿਰਪਾ ਕਰਦੀ ਹੈ। ਸੱਚੇ ਪਾਤਸ਼ਾਹ ਵਿਵਾਸ ਬਖਸ਼ਣ ਸਰੂਪ ਦੀ ਅਭੇਦਤਾ ਬਖਸ਼ਿਸ਼ ਕਰਨ ਪਿੱਛੇ ਸਮੁੱਚੇ ਹੀ ਭਾਟੀਆ ਪਰਿਵਾਰ ਨੂੰ ਸੱਚੇ ਪਾਤਸ਼ਾਹ ਜੀ ਪਹਾੜਾ ਮੰਨਣ ਦਾ ਬਲ ਪ੍ਰਦਾਨ ਕਰਨ, ਹੋਈਆਂ ਭੁੱਲਾਂ ਦੀ ਕਿਰਪਾ ਕਰਨ। ਜੋ ਮੈਂ ਸਾਹਿਬ ਸਿਰੋਮੇ ਸਾਹਿਬ ਸਿਰੋਮੇ ਸਾਹਿਬ ਸਿਰੋਮੇ ਪਰ ਸਾਹਿਬ ਸਿਆਣੇ ਸਾਹਿਬ ਸਿਆਣੇ ਸਾਹਿਬ ਸਿਆਣੇ।
ਕਿਤੇ ਆਵਨ ਕਾ ਸਦਕਾ ਸਰਬ ਸੁਰਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਹੈ। ਦੇਵ ਤੇ ਫਤਿਹ ਬਿੰਦ ਕੀ ਪਾਜ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਰੇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮੰਡੀ ਵਾ ਮਤ ਬੁੱਝੀ ਮਤ ਪੱਤ ਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਮੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਕਰਨ ਕਾਰਨ ਪਤਿਤ ਪਾਵਨ, ਕਿਰਪਾ ਨਿਧਾਨ ਅੰਤਰਜਾਮੀ ਵਾਹਿਗੁਰੂ ਜੀ, ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਾਤਸ਼ਾਹ, ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸਮੂਹ ਸੰਗਤ ਜੀ ਕੇ ਅਰਦਾਸ ਬੇਨਤੀ ਹੈ। ਗਰੀਬ ਰਵਾਜ ਜੀ, ਆਪ ਜੀ ਦੇ ਦਰ ਕਰਦੇ ਪੇਤਵਾਨ ਗੁਰਮੁਖ ਪਿਆਰੇ ਸਰਦਾਰ ਸਿਕੰਦਰਪਾਲ ਸਿੰਘ ਜੀ ਭਾਟੀਆ, ਸਤਿਗੁਰੂ ਗਰੀਬ ਰਵਾਜ ਆਈ ਆ ਗਿਆ ਫਿਰੋਂ ਬੁਲਾਇਆ, ਨਾ ਧਨ ਪੁੱਛੇ ਨਾ ਮਾਤਾ ਪਕਾਇਆ, ਕੋਰਸ ਆਇਓ ਚੂਕਰ ਵਾਟੀ ਦੇਖ ਨਾਨਕ ਮਿਥਨ ਮੁਹਾਸਾ ਹੈ ਦੇ ਮਹਾਵਾਕਾ ਅਨੁਸਾਰ। ਸੱਚੇ ਪਾਤਸ਼ਾਹ ਜੀ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਲੈ ਕੇ ਸਰਦਾਰ ਸਿਕੰਦਰਪਾਲ ਸਿੰਘ ਜੀ ਮਾਤ ਲੋਕ ਵਿੱਚ ਆਏ ਸਨ। ਗਰੀਬ ਨਵਾਜ ਸਵਾਸਾਂ ਦੀ ਪੂੰਜੀ ਨੂੰ ਪੂਰਿਆਂ ਕਰਕੇ ਮਾਤ ਲੋਕ ਤੋਂ ਪਰਲੋਕ ਗਮਨ ਕਰ ਗਏ ਹਨ। ਸੱਚੇ ਪਾਤਸ਼ਾਹ ਜੀ ਸਰਦਾਰ ਸਿਕੰਦਰਪਾਲ ਸਿੰਘ ਜੀ ਦੀ ਆਤਮਿਕ ਸ਼ਾਂਤੀ ਵਾਸਤੇ, ਰੂਹ ਦੀ ਕਲਿਆਣ ਹਿੱਤ ਪ੍ਰਭੂ ਮਿਲਾਪ ਵਾਸਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਸਰਦਾਰ ਇੰਦਰਜੀਤ ਸਿੰਘ ਜੀ, ਮਾਤਾ ਗੁਰਸ਼ਰਨ ਕੌਰ ਜੀ, ਸੱਚੇ ਪਾਤਸ਼ਾਹ ਜੀ ਸਰਦਾਰ ਸਿਕੰਦਰਪਾਲ ਸਿੰਘ ਜੀ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਜੀ, ਉਹਨਾਂ ਦੇ ਸਪੁੱਤਰ ਸਰਦਾਰ ਭੁਪਿੰਦਰ ਸਿੰਘ ਜੀ, ਬੀਬੀ ਸਲੋਨੀ ਭਾਟੀਆ, ਰਿੰਕਲ ਭਾਟੀਆ, ਸ਼ੈਲੀ ਭਾਟੀਆ, ਤੀਜਵਾਈ ਸੁਖਪ੍ਰੀਤ, ਮੰਨੀ ਭਾਟੀਆ ਪੁੱਤਰ ਅਤੇ ਅਭਿਰਾਜ ਸਿੰਘ ਭਾਟੀਆ ਪੁੱਤਰ ਤਥਾ ਸਮੁੱਚੇ ਭਾਟੀਏ ਪਰਿਵਾਰ ਨੇ ਰਲ ਮਿਲ ਕੇ ਤੁਰਕੀ ਬਾਣੀ ਦਾ ਉਹ ਆਸਰਾ ਲੈ ਕੇ ਆਪਣੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਏ। ਉਪਰੰਤ ਸੱਚੇ ਪਾਤਸ਼ਾਹ ਜੀ ਗੁਰਦੁਆਰਾ ਸੰਤ ਸਾਗਰ ਚਾਹ ਵਾਲਾ ਪਾਵਨ ਅਸਥਾਨ ਵਿਖੇ ਸਤਿਗੁਰੂ ਆਪ ਜੀ ਦੀ ਚਲਾਈ ਹੋਈ ਪ੍ਰਜਾ ਦਾ ਅਨੁਸਾਰਨ ਤੇ ਸਤਿਗੁਰੂ ਬੋਲਿਆ, ਮੈਂ ਪਿੱਛੇ ਕੀਰਤਨ ਕਰਿਆ ਨਿਰਵਾਣ ਜੀ ਉਹਦੇ ਮਹਾਂਵਾਕਾਂ ਅਨੁਸਾਰ ਧੁਰਕੀ ਬਾਣੀ ਦੇ ਵੈਰਾਗ ਭਾਈ ਰਸ ਭਿੰਨੇ ਕੀਰਤਨ ਹੋਏ ਹਨ। ਸੱਚੇ ਪਾਤਸ਼ਾਹ ਜੀ ਗੁਰਮਤਿ ਵਿਚਾਰਾਂ ਹੋਈਆਂ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਪੜ੍ਹੀ ਸੁਣੀ ਦਾ ਫਲਾ ਦੇਸ਼ ਪਾਲ ਸਰਦਾਰ ਸਿਕੰਦਰਪਾਲ ਸਿੰਘ ਜੀ ਭਾਟੀਆ, ਉਹਨਾਂ ਦੀ ਆਤਮਾ ਨੂੰ ਬਖਸ਼ ਕੇ ਆਪਣੇ ਚਰਨਾਂ ਵਿੱਚ ਸਦੀਵ ਕਾਲ ਨਿਵਾਸ ਬਖਸ਼ਿਸ਼ ਕਰਨਾ, ਆਪਣੇ ਸਰੂਪ ਦੀ ਅਭੇਦਤਾ ਬਖਸ਼ਿਸ਼ ਕਰਨੀ, ਲਵਲੀਨਤਾ ਬਖਸ਼ਿਸ਼ ਕਰਨੀ, ਪਰਿਵਾਰ ਦੇ ਸਿਰ ਤੇ ਮੇਲ ਭਰਿਆ ਰੱਖਣਾ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਸੱਚੇ ਪਾਤਸ਼ਾਹ ਜੀ ਜੀਵ ਆਤਮਾ ਤੋਂ ਮਾਤ ਲੋਕ ਵਿੱਚ ਵਿਚਰਦਿਆਂ ਜਾਣੇ ਅਣਜਾਣੇ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪਕੀ ਵਾਰ ਬਖਸ਼ ਬੰਦੇ ਕਉ ਬਹੁਰ ਨਾ ਭੌਜਲ ਫੇਰਾ ਦੇ ਮਹਾਂਵਾਕਾਂ ਅਨੁਸਾਰ ਜੀਵ ਆਤਮਾ ਦੀਆਂ ਭੁੱਲਾਂ ਨੂੰ ਨਾ ਚਾਰਦਿਆਂ ਹੋਇਆ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਅੰਦਰ ਸਦੀਵ ਕਾਲ ਨਿਵਾਸ ਬਖਸ਼ਿਸ਼ ਕਰਨਾ, ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਰੱਖਣਾ, ਭਾਣਾ ਮੰਗੀ ਆਗਿਆ ਬਖਸ਼ਿਓ,
ਪਰਿਵਾਰ ਨੂੰ ਆਈਆਂ ਸੰਗਤਾਂ ਨੂੰ ਪਾਵਨ ਹੁਕਮ ਦੀ ਦਾਤ ਬਖਸ਼ ਕੇ ਕਰਤਾਰਥ ਕਰੋ। ਆਪ ਜੀ ਦੇ ਦਰ ਤੇ ਜੋ ਜੀ ਆਵੇ ਸਵਰਾਜ ਜਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਦੋਹਰਾ ਗਿਆ ਭਈਆ ਕਾਰ ਕੀ ਸਭ ਸਿਖਰ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਝਾ ਰਾਜ ਕਰੇਗਾ ਖਾਲਸਾ ਦੁਰਲਭ ਦੇਹ ਕਲ ਯੁਗ ਮੈਂ ਪਾਇਆ ਫਿਰ ਇਹ ਅਵਸਰ ਚਰਨਾ ਹੱਥ ਨਾਮ ਜਪੋ ਤੋ ਕੱਟਿਆ ਫਸਾ ਫਿਰ ਫਿਰ ਆਵਣ ਜਾਣ ਨਾ ਹੋਈ ਏਕਾਏਕ ਜਪੋ ਜਪ ਸੋਈ ਕਰੋ ਕਿਰਪਾ ਪ੍ਰਭ ਕਰਨ ਹਾਰੇ ਮੇਲ ਲੈਓ ਨਾਨਕ ਬੇਚਾਰੇ ਸੱਜਣ ਸੱਚਾ ਪਾਤਸ਼ਾਹ ਸੁਚਾ ਜਿਸ ਪਾਸ ਗਠਿਆ ਸਭਨਾ ਦਾ ਵੇਸਾ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰਾ ਯਮਦੂਤ ਨਾ ਆਵੇ ਮੇਰਾ ਨਾਲ ਨਾਰਾਇਣ ਮੇਰਾ ਯਮਦੂਤ ਨਾ ਆਵੇ ਮੇਰਾ ਕੰਠ ਲਾਏ ਪ੍ਰਭ ਰੱਖ ਸਤਿਗੁਰ ਕੀ ਸੱਚ ਸਾਖ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਤੇ ਪਾਵਨ ਜੋਤ ਵਿੱਚ ਜੁੜੀ ਹੋਈ ਸਗਤ ਜੀਓ ਅਦਬ ਦੇ ਸਤਿਕਾਰ ਨਾਲ ਗੁਰਫਤਿਹ ਅਰਜ ਕਰ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਹਾਰਨਾ ਬੜਾ ਕਠਿਨ ਹੁੰਦਾ ਹੈ, ਖਾਸ ਕਰਕੇ ਹੁਣ ਸਿੰਘ ਸਾਹਿਬ ਯਾਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਜੀ ਨਾਲ ਵਿਚਾਰ ਕਰ ਰਹੇ ਸਨ, ਇੱਕ ਗੱਲ ਕਹਿ ਕੇ ਗਏ ਸਨ, ਧੰਨ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਦੀ ਉਦਾਹਰਨ ਦੇ ਕੇ ਗਏ ਸਨ ਕਿ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਨੇ ਇੱਕ ਮਾਤਾ ਦਾ ਰੋਣ ਸੁਣਿਆ, ਚੀਕ ਸੁਣੀ, ਬੈਣ ਸੁਣੇ, ਧੰਨ ਗੁਰੂ ਅਮਰਦਾਸ ਜੀ ਦਾ ਮਨ ਪਸੀਜ ਗਿਆ। ਇਸ ਤਰ੍ਹਾਂ ਪਸੀਜਿਆ, ਕੌਣ ਰੋਇਆ, ਕਿਹਦੀ ਆਵਾਜ਼ ਆਈ, ਦੱਸਣ ਵਾਲੇ ਨੇ ਦੱਸਿਆ ਕਿ ਇਸ ਮਾਤਾ ਦਾ ਜਵਾਨ ਪੁੱਤਰ ਸੰਸਾਰ ਨੂੰ ਛੱਡ ਕੇ ਚਲਾ ਗਿਆ। ਧੰਨ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ, ਜਿੰਨੀ ਦੇਰ ਤੱਕ ਮੈਂ ਗੋਇੰਦਵਾਲ ਸਾਹਿਬ ਰਹਾਂਗਾ ਮੇਰੀਆਂ ਅੱਖਾਂ ਦੇ ਸਾਹਮਣੇ ਕਿਸੇ ਮਾਤਾ ਪਿਤਾ ਦਾ ਜਵਾਨ ਪੁੱਤਰ ਨਾ ਜਾਏਗਾ, ਨਹੀਂ ਜਾਏਗਾ। ਔਰ ਇਹ ਬਚਨ ਸੱਚ ਵੀ ਹੋਏ, ਔਰ ਸੱਚਮੁੱਚ ਹੀ ਅਜਿਹੀ ਮੌਤ ਅਸਹਿਕ ਹੁੰਦੀ ਹੈ। ਸਰਦਾਰ ਇੰਦਰਜੀਤ ਸਿੰਘ ਜੀ ਪਾਟੀਆ, ਸਤਿੰਦਰਪਾਲ ਸਿੰਘ ਹੋਰਾਂ ਦੇ ਜੋ ਪਿਤਾ ਜੀ ਮਾਤਾ ਗੁਰਸ਼ਰਨ ਕੌਰ ਜੀ, ਸਤਿੰਦਰਪਾਲ ਸਿੰਘ ਦੀ ਪਤਨੀ ਬੀਬੀ ਮਨਜੀਤ ਕੌਰ ਜੀ, ਦੋਨੋਂ ਸਪੁੱਤਰ ਭੁਪਿੰਦਰ ਤੇ ਸੁਖਪ੍ਰੀਤ,
ਬੇਟੀ ਰਿੰਕਲ ਪਾਟੀਆ। ਮੈਂ ਬੇਨਤੀ ਕਰਾਂ ਦੋਨੋਂ ਨੂੰਹਾਂ, ਧੀ, ਪੋਤਰਾ ਸਭਨਾਂ ਲਈ ਬੜਾ ਅਸਹਿ ਸਮਾਂ ਸੀ। ਇੱਕ ਬੇਨਤੀ ਕਰਾਂ, ਮੌਤ ਨੂੰ ਪ੍ਰਵਾਨ ਕਰਨਾ, ਕਿਉਂਕਿ ਗੁਰੂ ਸਾਹਿਬ ਨੇ ਸਭ ਤੋਂ ਸੰਸਾਰ ਦੇ ਜਿੰਨੇ ਧਰਮ ਨੇ ਸਭਨਾਂ ਨੇ ਮੌਤ ਸੰਬੰਧੀ ਬਹੁਤ ਕੁਛ ਲਿਖਿਆ। 300 ਤੋਂ ਵੱਧ ਧਰਮ ਨੇ, ਹਰ ਧਰਮ ਨੇ ਮੌਤ ਦੀ ਫਿਲਾਸਫੀ ਤੇ ਲਿਖਿਆ। ਪਰ ਸਭ ਤੋਂ ਨੇੜਿਓ ਜੇ ਕਿਸੇ ਨੇ ਮੌਤ ਨੂੰ ਤੱਕਿਆ ਨਾ, ਉਹ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਨ। ਅੱਖਾਂ ਦੇ ਸਾਹਮਣੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਸ਼ਹਾਦਤ ਪ੍ਰਾਪਤ ਕਰ ਰਹੇ ਨੇ। ਤਾਣਵ ਨਾਥ ਨੱਕ ਰਹੀ ਹੈ ਮੌਤ, ਸਤਿਗੁਰੂ ਖੁਦ ਪਿੰਜਰੇ ਵਿੱਚ ਬੰਦ ਨੇ, ਸਤਿਗੁਰੂ ਉਚਾਰਨ ਕਰ ਰਹੇ ਨੇ, ਜਗ ਰਚਨਾ ਸਭ ਝੂਠ ਹੈ, ਜਾਨ ਲੈ ਹੋ ਰੇ ਮੀਤ, ਕਹਿ ਨਾਨਕ ਫਿਰ ਨਾ ਰਹੇ ਜੋ ਬਾਲੂ ਕੀ ਪੀਤ, ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ, ਜਗ ਰਚਨਾ ਪੈਸੇ ਰਚੀ ਕਹੁ ਨਾਨਕ ਸਵਰਮੀਤ। ਸਾਨੂੰ ਨੌਵੇਂ ਮਹੱਲੇ ਦੇ ਸਲੋਕ ਦੇ ਰਹੇ ਨੇ। ਸਾਡੇ ਜਿਹੜੀਆਂ ਦੋ ਤਿੰਨ ਪੀੜ੍ਹੀਆਂ, ਚਾਰ ਪੀੜ੍ਹੀਆਂ ਸਿੰਘ ਸਾਹਿਬ ਬੈਠੇ ਨੇ, ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਬੜਾ ਮਿੱਠਾ ਕੀਰਤਨ ਕਰ ਰਹੇ ਸਨ, ਉਹ ਵੀ ਬੈਠੇ ਨੇ। ਚਾਰ ਪੰਜ ਪੀੜ੍ਹੀਆਂ ਪਹਿਲਾਂ ਜਦੋਂ ਸਾਡੇ ਬਜ਼ੁਰਗ ਜਾਂਦੇ ਸਨ, ਨਾ ਉਦੋਂ ਸਾਊਂਡ ਹੁੰਦੀ ਸੀ, ਨਾ ਇਹ ਲਾਈਟ ਹੁੰਦੀ ਸੀ, ਘਰਾਂ ਵਿੱਚ ਹੀ ਭੋਗ ਪੈਂਦੇ ਸਨ, ਗੁਰਦੁਆਰਿਆਂ ਵਿੱਚ ਘੱਟ ਜਾਂਦੇ ਸਨ। ਲੋਕ ਇਸ ਸਦੀਵੀ ਸਦਾ ਆ ਗਿਆ, ਔਰ ਅੱਜ ਉਹਨਾਂ ਨੂੰ ਸਰੀਰ ਕਰਕੇ ਬਚਨ ਚੇਤ ਜਾਣਾ ਪੈ ਗਿਆ। ਮੈਂ ਬੇਨਤੀ ਕਰਾਂ, 27 ਅਪ੍ਰੈਲ ਨੂੰ ਇੱਕ ਬਹੁਤ ਵੱਡਾ ਸਮਾਗਮ ਰੱਖਿਆ ਹੋਇਆ ਸੀ ਖਾਲਸਾ ਨੌਜਵਾਨ ਸਭਾ ਵੱਲੋਂ, ਕਵੀ ਦਰਬਾਰ ਗੁਰਮੁਖ ਸਮਾਗਮ, ਵੱਡੀ ਪੱਧਰ ਤੇ ਤਿਆਰੀਆਂ ਚੱਲਦੀਆਂ ਸਨ, ਤੇ ਘਰ ਵਿੱਚ ਬਹੁਤ ਵਧੀਆ ਇੱਕ ਸ਼ੋਰੂਮ ਬਣਾਇਆ, ਦੁਕਾਨ ਨੂੰ ਸ਼ੋਰੂਮ ਵਿੱਚ ਬਦਲ ਦਿੱਤਾ। ਚੰਦੋਆ ਲਾਇਆ ਬੜੇ ਸ਼ੌਕ ਦੇ ਨਾਲ, ਰਾਤ ਨੂੰ ਸਵੇਰੇ ਸਤਿਗੁਰੂ ਦੇ ਚਰਨ ਪਾਵਾਂਗੇ ਸ਼ੌਪ ਦੇ ਵਿੱਚ, ਔਰ ਮੇਰੇ ਬੱਚਿਆਂ ਨੂੰ ਕੰਮ ਸੰਭਾਲਾਂਗੇ ਵਧੀਆ ਢੰਗ ਦੇ ਨਾਲ। ਪਰ ਚੰਦੋਆ ਉਹਦਾ ਹੁਕਮ ਸੀ ਲੱਗਾ ਲਗਾਇਆ ਰਹਿ ਗਿਆ, ਸਵੇਰੇ ਸਤਿਗੁਰੂ ਨੇ ਚਰਨ ਪਾਉਣੇ ਸਨ, ਪਹਿਲੇ ਮੌਤ ਦਾ ਸੁਨੇਹਾ ਆ ਗਿਆ, ਸਰੀਰ ਕਰਕੇ ਚਲੇ ਗਏ। ਪਿਛਲੇ 65 ਮਹੀਨੇ ਤੋਂ ਲਗਾਤਾਰ ਇੱਕ ਬੱਸ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਲੈ ਕੇ ਜਾਣੀ, ਮੈਨੂੰ ਆਖਦੇ ਸਿੰਘ ਸਾਹਿਬ ਜਦੋਂ ਬੱਸ ਲੈ ਕੇ ਜਾਂਦੇ ਬਾਹਰ ਮਿਲਦੇ ਨੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਡਿਊਟੀ 'ਤੇ ਆਉਂਦੇ ਜਾਂਦੇ ਨੇ, ਕਹਿੰਦੇ ਹਮੇਸ਼ਾ ਦਰਸ਼ਨ ਹੋ ਜਾਂਦੇ ਸਨ। ਇਹ ਦੋਨੋਂ ਸਾਥੀ ਸਰਦਾਰ ਜਸਵੀਰ ਸਿੰਘ ਜੀ ਦਗੋਹਾ ਅਤੇ ਗੁਰਭਜਨ ਸਿੰਘ ਜੀ ਮੱਕੜ, ਜਿਸ ਦਿਨ ਗਏ ਮੈਨੂੰ ਕਹਿੰਦੇ ਸਾਡੀ ਇੱਕ ਬਾਂਹ ਟੁੱਟ ਗਈ, ਸਾਡੀ ਬਾਂਹ ਟੁੱਟ ਗਈ। ਅਸਲ ਵਿੱਚ ਭਾਈ ਬਾਹਾਂ ਹੁੰਦੇ ਨੇ, ਇਸ ਤਰ੍ਹਾਂ ਦੇ ਮਿੱਤਰ ਦੋਸਤ ਮਿੱਤਰ ਨਹੀਂ ਮਿਲਦੇ ਜਿਹੜੇ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਦੇ ਨੇ, ਖਾਸ ਕਰਕੇ ਪਰਉਪਕਾਰੀ ਕਾਰਜਾਂ ਲਈ, ਸਮਾਜਿਕ ਕਾਰਜਾਂ ਲਈ। ਮੈਂ ਬੇਨਤੀ ਕਰਾਂਗਾ ਉਸ ਮਾਤਾ ਨੂੰ, ਮਾਤਾ ਗੁਰਸ਼ਰਨ ਕੌਰ ਨੂੰ, ਸਰਦਾਰ ਇੰਦਰਜੀਤ ਸਿੰਘ ਹੋਰਾਂ ਨੂੰ, ਜਿਹਨਾਂ ਦੇ ਵਿੱਚ ਜੀਵਨ ਵਿੱਚ ਪਰਉਪਕਾਰ ਹੋਵੇ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਇੱਕ ਚਾਉ ਅਤੇ ਅਵਾਹ ਹੋਵੇ, ਔਰ ਧਰਮ ਪ੍ਰਤੀ ਇੱਡੀ ਵੱਡੀ ਲਗਨ ਹੋਵੇ। ਅਜਿਹੇ ਸੱਜਣ ਦਾ ਵਿਛੋੜਾ ਸਭ ਦੇ ਕਹਿਤ ਹੁੰਦਾ, ਸਭ ਦੇ ਕਹਿਤ ਹੁੰਦਾ। 65 ਮਹੀਨੇ ਤੋਂ ਲਗਾਤਾਰ ਬਹੁਤ ਵਾਰੀ ਯਤਨ ਹੋਏ ਕਿ ਹੁਣ ਬੱਸ ਇਸ ਮਹੀਨੇ ਨਹੀਂ ਜਾਏਗੀ ਆਮਾ ਮੰਡੀ ਤੋਂ, ਨਹੀਂ ਮੱਕੜ ਸਾਹਿਬ ਦਗੋਆ ਸਾਹਿਬ ਜਾਏਗੀ, ਬੱਸ ਲਿਜਾਣੀ ਹੈ, ਧੰਨ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਜਾਣਾ, ਕਿਸੇ ਦੇ ਘਰ ਨਹੀਂ ਜਾਣਾ, ਜਾਣਾ ਹੀ ਜਾਣਾ। ਅਜਿਹੇ ਅਵਾਹ ਤੇ ਉਤਸ਼ਾਹ ਵਾਲਾ ਬੱਚਾ ਬਾਪ ਸਤਿਗੁਰੂ ਵਿਛੜ ਗਿਆ। ਗੁਰੂ ਕਿਰਪਾ ਕਰੇ, ਸਿੰਘ ਸਾਹਿਬ ਜੀ ਨੇ ਅਰਦਾਸ ਕੀਤੀ ਹੈ, ਔਰ ਗੁਰੂ ਕਿਰਪਾ ਕਰਨਗੇ ਹੁਕਮਨਾਮਾ ਵੀ ਆਪ ਜੀ ਨੇ ਸਰਵਣ ਕੀਤਾ, ਸਤਿਗੁਰੂ ਨੂੰ ਗੁਰੂ ਚਰਨਾਂ ਵਿੱਚ ਨਿਵਾਸ ਦੇਣਗੇ। ਮੈਂ ਬੇਨਤੀ ਕਰਾਂਗਾ, ਤੁਸੀਂ ਬਹੁਤ ਬੁਲਾਰੇ ਆਏ ਹੋ, ਮੈਂ ਸਾਰਿਆਂ ਦੇ ਨਾਮ ਸਾਂਝੇ ਕਰਾਂਗਾ। ਮੇਰਾ ਦਿਲ ਕਰਦਾ ਸੀ ਸਭਨਾਂ ਨੂੰ ਬੁਲਾਉਂਦੇ, ਪਰ ਸਮੇਂ ਦੀ ਸੀਮਾ ਵੀ ਹੁੰਦੀ ਹੈ, ਸਮੇਂ ਦੀ ਸੀਮਾ ਦੀ ਉਲੰਘਣਾ ਵੀ ਨਹੀਂ ਕਰਨੀ ਬਣਦੀ। ਮਾਨਯੋਗ ਸਿੰਘ ਸਾਹਿਬ ਜੀ ਬੜਾ ਨਜ਼ੇਮੇ ਵਿੱਚੋਂ ਸਮਾਂ ਕੱਢ ਕੇ ਆਏ ਨੇ। ਮੈਂ ਬੇਨਤੀ ਕਰਾਂਗਾ ਪਰਿਵਾਰ ਵੱਲੋਂ ਇੱਕੋ ਬੁਲਾਰਾ, ਬਹੁਤ ਨੇੜੇ ਦੇ ਰਿਸ਼ਤੇਦਾਰ ਨੇ ਸਾਡੇ ਇਸ ਸ਼ਹਿਰ ਦੇ ਡਿਪਟੀ ਮੇਅਰ ਰਹੇ ਨੇ ਮਾਨਯੋਗ ਸਰਦਾਰ ਕਮਲਜੀਤ ਸਿੰਘ ਜੀ ਪਾਟੀਆ, ਬਹੁਤ ਨੇੜੇ ਦੇ ਰਿਸ਼ਤੇਦਾਰ ਵੀ ਨੇ, ਉਹ ਸਭਨਾਂ ਦਾ ਤੁਹਾਡਾ ਧੰਨਵਾਦ ਕਰਨਗੇ। ਪਰ ਉਸ ਤੋਂ ਪਹਿਲੇ ਸਿੰਘ ਸਾਹਿਬ ਪਰਿਵਾਰ ਨੂੰ ਸਤਿਗੁਰੂ ਦੀ ਬਖਸ਼ਿਸ਼ ਦੇਣਗੇ। ਮੈਂ ਬੇਨਤੀ ਕਰਾਂਗਾ ਸਿੰਘ ਔਰ ਨਾਲ ਦੇ ਨਾਲ ਸਵੇਰੇ 6:30 ਵਜੇ ਸਾਡੇ ਅੰਕਲ ਸਰਦਾਰ ਜਥੇਦਾਰ ਰਿੰਦਰਜੀਤ ਸਿੰਘ ਜੀ
गुरद्वारा साहब भाई साहब नूं सिनेहा दे के आए कि ठीक 7 बजे गुरु महाराज के सरूप लैके दुकान के सुखमनी साहब जी के पाठ करने हैं। तो सुनिया आ गया 7 बजे कि साडा ओ वीर परमजीत सतिंद्रपाल सिंह भूमि नहीं रहे। कहना बहुत सौखा है और सहना भी सानू पैना है, दुनिया भी इंसान हाँ, पर जातम लागे सोतम जाने कौन जाने पीर पराई। जिस परिवार से अजिहा अचानक वापरता है उसनों दिलासा देना उसनों समझाना वो धोखा है। पर असी दुनियावी इंसान हाँ, गुरबाणी से भी आता है जिस साहिब सो नाही चारा ताको कीजे सदर मस्कारा। उस विधि के विधान के अगे उस अकाल पुरख के अगे उस गुरु के बाणी को सानू मनना पैना है। मैं ज्यादा ना कह के बहुत ही धन्यवाद करता हाँ सब तो पहले सिंह साहब भाई जगतार सिंह जी एड ग्रंथी सचखंड दरबार साहब जिन्होंने आके परिवार को जिथे आशीर्वाद दिता सचखंड तो सरपाओ दिता उत्थे सरदार भगवान सिंह दवाणा जी और नाल दे नाल शहर दी जिन्नियां भी संगतां आईयां नाम सारे की हाजरी बहुत सत्कार जो सरदार भगवान सिंह दवाणा जी ने लवाई है। मैं अपने वालों एक परिवारक मैंबर होता है तुहाडा सारे का धन्यवाद करता हाँ कि तुसी साडे परिवार की औखी घड़ी दे मौके दे उत्ते ਕੀਤਾ ਜਾ ਰਿਹਾ ਬੜੇ ਸਤਿਕਾਰ ਨਾਲ ਹੀ ਖਾਲਸਾ ਨੌਜਵਾਨ ਸਭਾ ਵੱਲੋਂ ਮੈਂ ਬੇਨਤੀ ਕਰਾਂਗਾ ਕੁਝ ਹੋਰ ਦਸਤਾਰਾਂ ਵੀ ਨੇ ਗੁਰਦੁਆਰਾ ਸਿੰਘ ਸਭਾ ਰਾਮਾ ਮੰਡੀ ਵੱਲੋਂ ਪ੍ਰਧਾਨ ਸਾਹਿਬ ਉਚੇਚੇ ਤੌਰ ਤੇ ਆਏ ਨੇ ਉਹ ਵੀ ਦਸਤਾਰ ਲੈ ਕੇ ਆਉਣਗੇ ਕਲਾਥ ਐਸੋਸੀਏਸ਼ਨ ਵੱਲੋਂ ਵੀ ਕਿਉਂਕਿ ਉਹ ਸਾਰਾ ਇਹਨਾਂ ਦਾ ਆਪਣਾ ਪਰਿਵਾਰ ਹੀ ਹੈ ਉਚੇਚੇ ਤੌਰ ਤੇ ਦਸਤਾਰ ਲੈ ਕੇ ਆਏ ਨੇ ਪ੍ਰਧਾਨ ਸਾਹਿਬ ਹੋਇਆ ਸਤਿਗੁਰ ਦੇ ਪਾਵਨ ਸਰੂਪ ਆਪਣੇ ਨਿੱਜਾ ਸੰਸਥਾ ਤੇ ਜਾਣਗੇ ਪਹਿਲੇ ਮੇਰੇ ਵੀਰ ਲੰਗਰ ਛਕਣਗੇ ਉਸ ਤੋਂ ਬਾਅਦ ਭੈਣਾਂ ਛਕਣਗੀਆਂ ਸਤਿਕਾਰ ਨਾਲ ਬੇਨਤੀ ਹੈ ਗੁਰੂ ਕਾ ਲੰਗਰ ਸਭਨਾਂ ਨੇ ਛਕ ਕੇ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।